हम तो ये कहना चाहते हैं माँ बाप इन बच्चों को जब कनाडा भेजते हैं सारा परिवार का जितना पैसा धेला जो भी उनके पास होता है सारा लगा के वहाँ ये उम्मीद लेके चलते हैं भी आने वाले समय में ये बच्चा हमारा वहाँ जाके हमें फिर द्वारा अपनी जगह पर ऊपर ले आएगा। और बड़ी खुशी की बात होती है भी हमारा बच्चा बाहर कनाडा में पढ़ने जा रहा है और बड़े ढंग से वो अपने ढंग से सारा काम माँ करता है अपने माँ बाप के बगैर उनकी गैर हाजिरी में इन माँ बाप का नाम रोशन करने के लिए वहाँ जाते हैं। लेकिन ये मन बात जो घटना घटी है ये समझ से बाहर है। उस गवर्नमेंट ने भी हमें कुछ नहीं अभी तक कोई रिस्पॉन्स नहीं दिया भी उससे कैसे क्या हुआ उसके पास। ਤੇ ਕਾਰਨ ਪੁੱਛਿਆ ਤਾਂ ਕਾਰਨ ਕੋਈ ਉਹਨਾਂ ਨੇ ਦੱਸਿਆ ਨੀਗਾ। ਕਹਿੰਦੇ ਸਾਡੀ ਇਨਕੁਆਇਰੀ ਚੱਲ ਰਹੀ ਆ ਤੇ ਜਦੋਂ ਇਨਕੁਆਇਰੀ ਪੂਰੀ ਹੋਊਗੀ ਤੁਹਾਨੂੰ ਅਸੀਂ ਉਹਦੀ ਪੂਰੀ ਲੈਟਰ ਭੇਜਾਂਗੇ ਘਰੇ ਵੀ ਤੇ ਜੇ ਤੁਹਾਡਾ ਇੱਥੇ ਕੋਈ ਰਿਸ਼ਤੇਦਾਰ ਆਇਆ ਤਾਂ ਉਹਨੂੰ ਵੀ ਦੇ ਦਾਂਗੇ। ਤੇ ਬੇਟੇ ਨੇ ਵੀ ਸਭ ਦੁਆਰਾ ਪੁੱਛਿਆ ਮੈਡਮ ਵੀ 27 ਤਰੀਕ ਨੂੰ ਡੈਥ ਹੁੰਦੀ ਬੰਦੇ ਦੀ ਹੁਣ ਤੁਹਾਨੂੰ 15 ਦਿਨਾਂ ਬਾਅਦ ਅੱਜ ਐਡਰੈਸ ਵੀ ਲੱਭ ਗਿਆ। ਉਹ ਕਹਿੰਦੇ ਜੀ ਸਾਡਾ ਇੰਨੀ ਗੱਲ ਕਰਨਾ ਨਹੀਂ ਤੁਹਾਨੂੰ ਦੱਸਣਾ ਹੀ ਹੈ ਵੀ ਤੁਸੀਂ ਉਹਦੇ ਬੇਟਾ ਤੁਹਾਡਾ ਪੂਰਾ ਹੋ ਗਿਆ। ਇੱਦੋਂ ਵੱਧ ਉਹਨਾਂ ਨੇ ਕੋਈ ਗੱਲ ਨਹੀਂ ਕਹੀ ਅਤੇ ਕੋਈ ਇਨਸਾਫ ਵਾਲੀ ਗੱਲ ਵੀ ਹੈ ਨਹੀਂ ਇਹਨਾਂ ਦੀ। ਅਤੇ ਜਦੋਂ ਕੋਈ ਪੁੱਛਦੇ ਆ ਫੋਨ ਕਰਕੇ ਤਾਂ ਉਹਨਾਂ ਦਾ ਜਵਾਬ ਇਹੀ ਹੁੰਦਾ ਜੀ ਸਾਡੀ ਜਦੋਂ ਇਨਕੁਆਇਰੀ ਪੂਰੀ ਹੋਊਗੀ ਅਸੀਂ ਉਦੋਂ ਹੀ ਉਹਦੇ ਵਿੱਚ ਦੱਸਾਂਗੇ ਤੁਹਾਨੂੰ। ਮੇਰੀ ਤਾਂ ਤੁਹਾਡੇ ਸਾਰੇ ਭੈਣਾਂ ਭਰਾਵਾਂ ਅੱਗੇ ਬੇਨਤੀ ਹੈ ਵੀ ਤੁਸੀਂ ਸਾਰੇ ਮੇਰੇ ਨਾਲ ਖੜੋ ਅਤੇ ਮੈਨੂੰ ਇਨਸਾਫ ਦਵਾਓ। ਮੈਨੂੰ ਵੀ ਸ਼ੱਕ ਆ ਵੀ ਮੇਰੇ ਬੱਚੇ ਨੂੰ ਇਹਨਾਂ ਨੇ ਕੋਈ ਨਾ ਕੋਈ ਚੀਜ਼ ਦੇ ਕੇ ਕੁਛ ਨਾ ਕੁਛ ਕੀਤਾ ਹੈਗਾ ਕਿਉਂਕਿ ਜੇ ਨਾ ਹੋਵੇ ਉਹ ਨੋਰਮਲ ਹੋਵੇ ਤਾਂ ਉਹਨਾਂ ਨੂੰ ਡਰ ਕਾਹਦਾ। ਤਾਂ ਮੇਰੀ ਬੇਨਤੀ ਹੈ ਸਾਰਿਆਂ ਨੂੰ ਬਾਕੀ ਇੱਥੋਂ ਹੀ ਸਰਕਾਰ ਹੈ ਡੀਸੀ ਸਾਹਿਬ ਨੇ ਬੜੀ ਵਧੀਆ ਗੱਲ ਸੁਣੀ ਹੈ ਸਾਡੀ ਅਤੇ ਪਹਿਲੇ ਦਿਨ ਕਾਰ ਵੀ ਕੀਤੀ ਹੈ ਨਾਲ ਸਾਡੇ ਮੁੰਡਾ ਗਿਆ ਸੀਗਾ ਅਤੇ ਕੋਈ ਉਹਨਾਂ ਵੱਲੋਂ ਕੋਈ ਪਰੇਸ਼ਾਨੀ ਨਹੀਂ ਹੋਈ ਚਿੱਠੀਆਂ ਸਾਰੀਆਂ ਫਾਰਵਰਡ ਹੋਈਆਂ। ਬਸ ਉੱਥੋਂ ਦਾ ਹੀ ਹੈ ਸਾਨੂੰ ਵੀ ਇਨਸਾਫ ਮਿਲ ਜਾਵੇ ਤਾਂ ਬਸ ਤੁਹਾਡੇ ਪਰਿਵਾਰ ਨਾਲ ਸਾਰਿਆਂ ਅੱਗੇ ਬੇਨਤੀ ਹੈ ਵੀ ਮੇਰੀ ਹੈਲਪ ਕਰੋ। ਸਾਡੇ ਸ਼ਹਿਰ ਕੋਟਕਪੁਰੇ ਕੇ ਨੌਜਵਾਨ ਰੋਕਸੀ ਚਾਵਲਾ ਕੀ ਅੱਜ ਸੰਸਕਾਰ ਹੋਇਆ ਅੰਤਿਮ ਸੰਸਕਾਰ। ਮੇਰੀ ਤੋਂ ਸਭ ਤੋਂ ਪਹਿਲੇ ਉਨਕੇ ਪਰਿਵਾਰ ਸਿੰਪਥੀ ਹੈ ਵੀ ਇਤਨਾ ਨੌਜਵਾਨ ਬੰਦਾ ਨੌਜਵਾਨ ਬੱਚਾ 23 ਸਾਲ ਕੀ ਉਮਰ ਮੇ ਉਸਕੀ ਕੈਨੇਡਾ ਉਸਕੇ ਪਰਿਵਾਰ ਨੇ ਬੜੀ ਮੁਸ਼ਕਲੋਂ ਕੇ ਸਾਥ ਉਸਕੋ ਸਟੱਡੀ ਵੀਜ਼ਾ ਪੇ ਭੇਜਾ ਔਰ ਉਸਕੀ ਵਹਾਂ ਪੇ ਡੈਥ ਹੋ ਗਈ। ਜੈਸੇ ਕਿ ਪਰਿਵਾਰ ਨੇ ਅਭੀ ਬਤਾਇਆ ਵੀ ਉਸਕੀ ਡੈਥ ਕੋ ਵੀ 15 ਦਿਨ ਬਾਅਦ ਉਨਕੋ ਪਤਾ ਚਲਾ ਹੈ ਪਿਛਲੀ 15 ਅਗਸਤ ਕੋ ਪਤਾ ਚਲਾ ਹੈ ਇੱਕ ਫੋਨ ਆਇਆ ਵੀ ਉਨਕੀ ਡੈਥ ਹੋ ਗਈ ਹੈ ਬੱਚੇ ਕੀ। ਤੋ ਉਹਨਾਂ ਨੇ ਹਮਾਰੇ ਜਿਤਨੇ ਵੀ ਜੈਸੇ ਦੋਸਤ ਹੈ ਜੈਸੇ ਐਡਵੋਕੇਟ ਜੀ ਦੇਵਾਦੀਸ਼ ਜਾਂ ਹੋਰ ਸਭੀ ਦੋਸਤੋਂ ਨੇ ਮਿਲ ਕੇ ਔਰ ਦੂਸਰੇ ਔਨਲਾਈਨ ਸਹਿਯੋਗ ਸੇ ਸਭੀ ਦੋਸਤੋਂ ਨੇ ਭਾਗ ਦੌੜ ਕਰਕੇ ਪ੍ਰਸ਼ਾਸਨ ਸੇ ਸਭੀ ਸੇ ਸਹਾਇਤਾ ਲੈ ਕੇ ਪੈਸੇ ਇਕੱਠੇ ਕਰਕੇ ਪਰਿਵਾਰ ਕੋ ਦੀਏ ਅਤੇ ਉਸਕੋ ਬਾਅਦ ਪਰਿਵਾਰ ਸਮਰਥ ਹੁਆ ਕਿ ਉਹ ਡੈਡ ਬੋਡੀ ਲੈ ਕੇ ਆਏ। ਹਮਾਰੀ ਤੋ ਯਹੀ ਪੰਜਾਬ ਸਰਕਾਰ ਔਰ ਸੈਂਟਰ ਕੇ ਵਿਦੇਸ਼ ਮੰਤਰੀ ਸੇ ਯਹੀ ਮੰਗ ਹੈ ਕਿ ਕੈਨੇਡਾ ਸਰਕਾਰ ਸੇ ਤਾਲਮੇਲ ਕਰਕੇ ਅਭੀ ਤੱਕ ਯੇ ਪਰਿਵਾਰ ਕੇ ਆਪਕੇ ਆਪਕੋ ਵੀ ਬਤਾਇਆ ਉਹਨਾਂ ਨੇ ਵੀ ਉਨਕੋ ਪਤਾ ਨਹੀਂ ਹੈ ਐਗਜੈਕਟ ਮੌਤ ਕੈਸੇ ਹੋਈ ਹੈ ਵੀ ਉਹ ਤਾਲਮੇਲ ਕਰਕੇ ਇਨਕੋ ਬਤਾਏ ਤਬ ਆਖਰੀ ਵਾਰ ਤੋਂ ਉਨਕੋ ਪਤਾ ਚੱਲੇ ਵੀ ਹਮਾਰਾ ਬੇਟਾ ਮਰਾ ਕੈਸੇ ਵਹਾਂ ਪੇ ਜਾ ਕੇ ਜਬ ਕੈਨੇਡਾ ਮੇਂ ਵੀ ਨਹੀਂ ਅਗਰ ਲਾਈਫ ਸਿਕਿਓਰ ਬੰਦੇ ਕੀ ਤੋ ਫਿਰ ਕੈਸੇ ਜੈਸੇ ਇਤਨੇ ਬੱਚੇ ਹਮਾਰੇ ਜਾ ਰਹੇ ਆ ਅਗਰ ਲਾਈਫ ਹੀ ਨਹੀਂ ਸਿਕਿਓਰ ਫਿਰ ਵਹਾਂ ਪੇ ਭੇਜਨੇ ਕਾ ਕਿਆ ਫਾਇਦਾ। ਬਟ ਮਾਂ ਪਿਓ ਮਾਂ ਪਿਤਾ ਇਤਨੇ ਮੁਸ਼ਕਲੋਂ ਸੇ ਵਹਾਂ ਪੇ ਭੇਜਤੇ ਹੈ ਸਟੱਡੀ ਕੇ ਲੀਏ। ਮਰੀ ਤੋ ਪੂਰੀ ਸਿੰਪਥੀ ਹੈ ਔਰ ਆਗੇ ਸੇ ਵੀ ਯਹੀ ਕਹੇਂਗੇ ਅਗਰ ਆਗੇ ਕਿਸੇ ਕੋ ਵੀ ਐਸੀ ਦਿੱਕਤ ਆਤੀ ਹੈ ਤੋ ਸਰਕਾਰ ਇੱਕ ਤਰ੍ਹਾਂ ਕਾ ਇੱਕ ਡਿਪਾਰਟਮੈਂਟ ਜਾਂ ਇੱਕ ਤਰ੍ਹਾਂ ਕਾ ਲੋਗੋ ਕੋ ਜਾਗਰੂਕ ਕਰੇ ਅਗਰ ਕਿਸੀ ਕੀ ਖੁਦਾ ਨਾ ਖਾਸਤਾ ਐਸੇ ਹੋ ਤੋ ਯਹਾਂ ਪੇ ਸੰਪਰਕ ਕਰੇ।